ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿਸ 'ਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ 'ਚ ਬਣੀ ਹੈ, ਕਿਉਂਕਿ ਉਸ ਵੀਡੀਓ 'ਚ ਮੈਂ ਜੀ ਬੁਰੇ ਬਾਰੇ ਦੇਖ ਰਿਹਾ ਕਿਤੇ। ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਵੀ ਦੇਖੋ, ਪਹਿਲੇ ਦੀ ਮੇਰੀ ਆਦਤ ਨਹੀਂ ਵੀ ਮੈਂ ਬੈਠ ਕੇ ਸਾਹਮਣੇ ਸਾਹਮਣੇ ਵੀਡੀਓ ਬਣਾਵਾਂ। ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ, ਉਹਦੇ 'ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ। ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ, ਇੱਕ ਤਾਂ ਆਪਾਂ ਹਰ ਚੀਜ਼ ਨੂੰ ਕੌਨਸਪਰੇਸੀ ਨਹੀਂ ਸਮਝਣਾ, ਸਤਿਗੁਰੂ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ। ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ, ਕਲਗੀਧਰ ਪਾਤਸ਼ਾਹ ਦੀ ਜਿਹੜੀ ਕਰਾਮਾਤ ਨੂੰ ਵੱਡਿਆ ਸਮਝੀਏ। ਐਡੇ ਕਿਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਕੱਢਿਆ ਤਾਂ ਉਹ ਕਿਸੇ ਮਕਸਦ ਵਾਸਤੇ ਕੱਢਿਆ। ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਂ ਕੋਈ ਭਗੌੜਾ ਹੋ ਗਿਆ ਅਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ, ਇਹ ਗੱਲ ਭੁਲੇਖਾ ਕੋਈ ਆਪਣੇ ਮਨ 'ਚ ਨਾ ਰੱਖੇ। ਦੇਖੋ, ਨਾ ਤਾਂ ਮੈਂ ਮਰਨ ਤੋਂ ਡਰਾਂ, ਮਰਨ ਲਿਖਾਏ ਮੰਡਲ ਮੇਂ ਆਏ, ਇਸ ਬਾਣੀ ਦੇ ਜਿਹੜੇ ਬਚਨ ਨੇ ਇੱਥੇ ਪੂਰਾ ਪਹਿਰਾ ਦੇ ਰਹੇ ਹਾਂ। ਜਿੱਦਣ ਸੰਸਾਰ 'ਤੇ ਆ ਗਏ ਉੱਦਣ ਮੌਤ ਦਾ ਜਿਹੜਾ ਰਾਹ ਉਹ ਸ਼ੁਰੂ ਹੋ ਜਾਂਦਾ, ਇਹ ਤੋਂ ਕੋਈ ਬਚ ਨਹੀਂ ਸਕਦਾ। ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ, ਮੈਂ ਜੇ ਅੱਜ ਬਾਹਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ, ਤਾਂ ਉਹਦਾ ਅਰਥ ਇਹ ਹੈ ਵੀ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਅਤੇ ਕੌਮ ਦੇ ਹਿੱਤਾਂ ਲਈ ਕੁਛ ਕਰ ਸਕਾਂ, ਅਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਹ ਸੰਗਤਾਂ ਦੇ ਵਿੱਚ ਵੀ ਵਿਚਰਾਂਗੇ। ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਜਿਹੜੇ ਕਹਿਣਗੇ ਮੁਲਕ ਛੱਡ ਜਾ ਜੀ, ਮੁਲਕ ਛੱਡ ਕੇ ਬਾਹਰ ਚਲ ਗਿਆ, ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਪਾ ਕੇ ਮੈਸੇਜ ਦੇਊਗੇ, ਇੱਦਾਂ ਦੀ ਗੱਲ ਨਹੀਂ। ਹਾਂ, ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਛ ਸਾਨੂੰ ਝੱਲਣਾ ਪੈਂਦਾ, ਵਿਖੜੇ ਪੈਂਡੇ 'ਤੇ ਤੁਰਨਾ ਪੈਂਦਾ, ਮੀਲਾਂ ਮੀਲ ਵੀਹ ਵੀਹ ਬਾਈ ਬਾਈ ਮੀਲ ਸਫ਼ਰ ਦਿਨ ਹਰ ਦਿਨ ਪੈਦਲ ਕਰਨਾ, ਇਹ ਕੋਈ ਮਤਲਬ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ। ਸੋ ਅੱਠੀ ਪੈਰ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ, ਨਹੀਂ ਤਾਂ ਫਿਰ ਜਲ ਪਾਣੀ ਛਕ ਕੇ ਗੁਜ਼ਾਰਾ ਕਰ ਲੈਣਾ। ਇਹ ਜਿਹੜੇ ਦਿਨ ਨੇ ਬਗਾਵਤ ਦੇ, ਕੱਟਣੇ ਔਖੇ ਨੇ, ਪਰ ਮੈਂ ਸੰਗਤਾਂ ਨੂੰ ਇੱਕ ਅਪੀਲ ਕਰਦਾ ਵੀ ਆਪਾਂ ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ 'ਚ ਰਹਿਣ ਦਾ ਅਰਥ ਇਹ ਹੁੰਦਾ ਵੀ ਅਸੀਂ ਜਦੋਂ ਇਸ ਰਾਹ 'ਤੇ ਤੁਰੀਏ, ਇਸ ਮਾਰਗ 'ਤੇ ਤੁਰੀਏ, ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਆਪਾਂ ਜਿਹੜੇ ਰਾਹ 'ਤੇ ਤੁਰੇ ਹਾਂ ਕੰਢਿਆਂ ਵਾਲਾ ਰਾਹ, ਸਤਿਗੁਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਔਰ ਕਿਲ੍ਹਾ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗਏ ਨੇ, ਪੈਰ ਕੰਨਿਆਂ ਨਾਲ ਲਹੂ ਲਹਾਨ ਹੋ ਗਏ। ਸੋ ਉਹ ਰਸਤੇ ਜਿਹੜੇ ਇਹ ਧਰਮ ਦੀ ਨਗਰੀ ਦੇ ਉੱਤੇ ਅਖਤਿਆਰ ਕਰਨੇ ਪੈਂਦੇ ਆ। ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਵੀ ਮੈਂ ਇੱਕ ਕੌਲ ਦਿੱਤੀ ਸਰਬੱਤ ਖਾਲਸੇ ਵਾਸਤੇ, ਮੈਂ ਜਥੇਦਾਰ ਸਾਹਿਬ ਨੂੰ ਤਾਂ ਕਿਹਾ ਵੀ ਜਥੇਦਾਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਵੀ ਸਮੂਹ ਜਥੇਬੰਦੀਆਂ ਪਹੁੰਚਣ, ਜਥੇਬੰਦੀਆਂ ਪਹੁੰਚੀਆਂ ਉੱਥੇ, ਜਿਨ੍ਹਾਂ ਨੇ ਹਮਾਇਤ 'ਚ ਕੀਤਾ ਗੱਲ ਉਹਨਾਂ ਦਾ ਵੀ ਧੰਨਵਾਦ, ਜਿਹਨਾਂ ਵਿਰੋਧ 'ਚ ਕੀਤੀ ਉਹਨਾਂ ਦਾ ਵੀ ਧੰਨਵਾਦ। ਮੈਂ ਕਿਸੇ ਦੇ ਵਿਰੋਧ 'ਚ ਨਹੀਂ ਗੱਲ ਕਰਨੀ ਕੋਈ ਵੀ, ਇਹ ਸਮਾਂ ਨਹੀਂ ਕਿਸੇ ਦਾ ਵਿਰੋਧ ਜਨ ਜੀ ਨਹੀਂ ਕਰਨ ਦਾ। ਕੌਮ 'ਤੇ ਭੀੜ ਆਣ ਬੜ ਪਈ ਹੋਵੇ ਅਤੇ ਸਾਨੂੰ ਇੱਕ ਦੂਜੇ ਦੇ ਹੱਕ 'ਚ ਖਲਾਉਣਾ ਚਾਹੀਦਾ। ਜਥੇਦਾਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ, ਉਹਦੇ 'ਚ ਕੁਛ ਨੂੰ ਨਹੀਂ ਸ਼ਾਮਿਲ ਕੀਤਾ ਗਿਆ, ਮੈਨੂੰ ਲੱਗਦਾ ਵੀ ਸਾਰਿਆਂ ਲਈ ਖੁੱਲ੍ਹਾ ਸੱਦਾ ਹੋਣਾ ਚਾਹੀਦਾ ਸੀ, ਪਰ ਜੋ ਹੋ ਗਿਆ ਸਤ ਵਚਨ ਹੈ। ਹੁਣ ਉਸ ਤੋਂ ਬਾਅਦ 'ਚ ਜਥੇਦਾਰ ਸਾਹਿਬ ਨੇ ਕਿਹਾ ਅਸੀਂ ਛੋਟੀਆਂ ਵੀਰਾਂ ਕੱਢਾਂਗੇ। ਦੇਖੋ, ਵੀਰ ਸ਼ਬਦ ਜਦੋਂ ਅਸੀਂ ਪੰਜਾਬ ਬਣ ਕੇ ਇਸ ਪੁਰਾਤਨ ਸ਼ਬਦ ਨੂੰ ਰਿਵਾਈਵ ਕੀਤਾ, ਇਹਦਾ ਅਰਥ ਹੈ ਵਹੀਰ ਕੱਤਣੀ, ਕੱਤ ਕੇ ਭਾਵ ਇਸ ਪਾਸੇ ਨੂੰ ਤੁਰ ਲੈਣਾ ਅਤੇ ਫਿਰ ਕਿਸੇ ਰੋਕ ਦੀ ਪਰਵਾਹ ਨਹੀਂ ਕਰਨੀ। ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਕੋਲ ਰੋਕ ਨਹੀਂ ਸਕਦੀ। ਜਥੇਦਾਰ ਸਾਹਿਬ ਜੀ, ਜੇ ਵਹੀਰ ਕੱਢਣੀ ਹੈ ਤਾਂ ਮੇਰੀ ਇੱਕ ਬੇਨਤੀ ਹੈ, ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ, ਕਿਉਂਕਿ ਇਹ ਤੁਹਾਡੀ ਵੀ ਪ੍ਰੀਖਿਆ ਹੈ, ਸਾਡੀ ਪ੍ਰੀਖਿਆ ਜੋ ਤੁਸੀਂ ਲੰਘ ਰਹੇ ਹਾਂ, ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵੀ ਤੁਸੀਂ ਜਥੇਦਾਰ ਦੇ ਅਹੁਦੇ 'ਤੇ ਜਾਓ। ਜਥੇਦਾਰ ਸਾਹਿਬ ਦੇ ਅਹੁਦੇ 'ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਜੋ। ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਛ ਦਿਨਾਂ ਦੇ ਵਿੱਚ ਵਹੀਰ ਦਮਦਮਾ ਸਾਹਿਬ ਪਹੁੰਚੇ ਵਿਸਾਖੀ, ਅਤੇ ਉੱਥੇ ਸਰਬੱਤ ਖਾਲਸਾ ਹੋਵੇ। ਅਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵਹੀਰ ਨਹੀਂ ਕੱਢਣੀ ਚਾਹੀਦੀ, ਮੈਂ ਇਹ ਕਿਹਾ ਵੀ ਵਹੀਰ ਕੱਢਣੀ ਹੈ, ਪਰ ਜਿਹੜੀ ਪਿੰਡਾਂ ਨੂੰ ਛੋਟੀਆਂ ਵਹੀਰਾਂ ਲੋਕਾਂ ਨੂੰ ਜਾਗਰੂਕ ਕਰਨਾ ਇਹ ਖਾਨਾ ਪੂਰਤੀ ਹੈ। ਲੋਕ ਪੂਰੇ ਜਾਗਰੂਕ ਨੇ ਔਰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਨਹੀਂ, ਸਗੋਂ ਸੰਗਤਾਂ ਨੂੰ ਮੋਬਲਾਈਜ਼ ਕਰਨ ਦੀ ਲੋੜ ਹੈ, ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ, ਉਹਨਾਂ 'ਚ ਹਕੂਮਤ ਦਾ ਪੈ ਕੱਢਣ ਦੀ ਲੋੜ ਹੈ। ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ, ਇਕੱਠੇ ਹੋ ਕੇ ਕੌਮ ਲਈ ਖੜੀਏ, ਅਤੇ ਜਿਨ੍ਹਾਂ ਨੂੰ ਐਂ ਲੱਗਦਾ ਕੋਈ ਨਹੀਂ ਇਸ ਧਰਤੀ 'ਤੇ ਹੀ ਹਾਂ, ਇਸ ਧਰਤੀ ਦਾ ਹੀ ਆਪਣਾ ਲਹੂ ਡੋਲਣਾ। ਸੋ ਇਸ ਕਰਕੇ ਇਹ ਗੱਲ ਦੀ ਆਪਾਂ ਅਫਵਾਹ ਛੱਡ ਦਈਏ ਵੀ ਮੈਂ ਕਿਤੇ ਭਗੌੜਾ ਹੋ ਜਾਊਂਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕਿਰਪਾ, ਇੰਨੀ ਰਹਿਮਤ ਮੇਰੇ 'ਤੇ ਕੀਤੀ ਹੈ ਕਿ ਮੈਂ ਸੁਪਨੇ ਦੇ ਵਿੱਚ ਵੀ ਭਗੌੜਾ ਨਹੀਂ ਹੋਣਾ ਸੋਚ ਸਕਦਾ। ਕਈਆਂ ਨੇ ਕਿਹਾ ਸੀ ਉਹਨੇ ਕੇਸ ਕਤਲ ਕਰਾ ਲਏ ਹੋਣੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੇਬੁਨਿਆਦ ਨੇ। ਕੇਸ ਕਤਲ ਕਰਾਉਣ ਤੋਂ ਪਹਿਲਾਂ ਜਿਹੜਾ ਸਿਰ ਦਾ ਖੋਪੜਾ ਅਸੀਂ ਲਵਾ ਸਕਦੇ ਹਾਂ, ਕੇਸ ਕਤਲ ਕਰਾਉਣ ਬਾਰੇ ਸੋਚ ਵੀ ਨਹੀਂ ਸਕਦੇ। ਸੋ ਮੇਰੀ ਸੰਗਤਾਂ ਨੂੰ ਅਪੀਲ ਹੈ, ਮੇਰੀ ਹੋਰ ਨਾ ਸਾਰਿਆਂ ਨੂੰ ਅਪੀਲ ਹੈ ਵੀ ਕਿਸੇ ਅੱਗੇ ਹੱਥ ਜੋੜ ਕੇ ਤਰਲੇ ਨਹੀਂ ਕਰਨੇ, ਠੀਕ ਹੈ। ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ, ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਮਰਤਾ, ਅਤੇ ਮੈਂ ਵੈਸੇ ਨੀਵੀਂ ਪਾ ਕੇ ਗੱਲ ਕਰਦਾ ਹੁੰਦਾ। ਜੇ ਹਕੂਮਤ ਨੂੰ ਸੰਬੋਧਨ ਮੈਂ ਹੁਣ ਕਰ ਦਿੰਦਾ ਵੀ ਹਕੂਮਤ ਤੋਂ ਨਾ ਮੈਂ ਕੱਲ੍ਹ ਡਰਦਾ ਸੀ ਨਾ ਅੱਜ ਡਰਦਾ, ਹਕੂਮਤ ਨੇ ਜੋ ਕਰਨਾ ਕਰ ਲਵੇ। ਹਾਂ, ਇਹ ਗੱਲ ਹੈ, ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ, ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ। ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਮੈਂ ਗ੍ਰਿਫਤਾਰੀ ਬਾਰੇ
ਔਰ ਅੱਜ ਤੋਂ ਬਾਅਦ 'ਚ ਸਤਿਗੁਰ ਦੇ ਹੱਥ ਹੈ ਸਾਰਾ ਕੁਝ। ਜੇ ਸਤਿਗੁਰ ਨੇ ਇੰਨੀਆਂ ਸੰਕਟਾਂ 'ਚ ਰਾਖੀ ਕੀਤੀ ਹੈ ਤਾਂ ਅੱਗੇ ਵੀ ਕਰਦਾ ਰਹੂਗਾ ਮਹਾਰਾਜ, ਉਹਦੇ ਘਰ 'ਚ ਕਿਸੇ ਦਾ ਘਾਟਾ ਨਹੀਂ। ਮੇਰੀ ਓਟ ਉਸ 'ਤੇ ਹੈ, ਮੇਰੀ ਓਟ ਦੁਨਿਆਵੀ ਨਾ ਤਾਂ ਅਦਾਲਤਾਂ 'ਤੇ ਹੈ ਨਾ ਕਿਸੇ ਹੋਰ ਗੱਲ 'ਤੇ ਹੈ, ਮੇਰੀ ਓਟ ਸਤਿਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ 'ਤੇ ਹੈ। ਉਹਨੇ ਇਨਸਾਫ ਮੇਰੇ ਨਾਲ ਕਰਨਾ ਹੈ। ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਦ੍ਰਿੜ ਰਹਿਣਾ, ਤੁਸੀਂ ਢੈਂਦੀ ਕਲਾ 'ਚ ਨਹੀਂ ਜਾਣਾ, ਨਾ ਢੈਂਦੀ ਕਲਾ ਵਾਲੇ ਕੋਈ ਗੱਲ ਕਰਨੀ ਹੈ। ਔਰ ਮੇਰੇ ਪਰਿਵਾਰ ਨੂੰ ਮੇਰੇ ਨੂੰ ਅਪੀਲ ਹੈ ਵੀ ਤੁਸੀਂ ਵੀ ਕੋਈ ਢੈਂਦੀ ਕਲਾ ਵਾਲੀ ਗੱਲ ਨਹੀਂ ਕਰਨੀ, ਐਵੇਂ ਨਹੀਂ ਹੱਥ ਜੋੜ ਕੇ ਕਹੀ ਜਾਣਾ ਕਿ ਦੇਖੋ ਜੀ ਸਾਥ ਦਿਓ, ਸਾਰੀ ਸੰਗਤ ਸਾਥ ਦੇ ਰਹੀ ਹੈ। ਕੋਈ ਨਹੀਂ, ਜੇ ਕੋਈ ਨਹੀਂ ਵੀ ਦਿੰਦਾ, ਇਸ ਖਤਰ ਕੋਲ ਸੱਚੇ ਪਾਤਸ਼ਾਹ ਦਾ ਪਿੰਡ ਹੈ, ਇਸ ਮਾਰਗ 'ਤੇ ਚੱਲਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਆ ਤਾਂ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ, ਲੋਕਾਂ ਕਿਹਾ ਤਾਂ ਅਸੀਂ ਆਪਣੇ ਪੁੱਤ ਮਰਵਾ ਕੇ ਹੁਣ ਸਾਡੇ ਮਰਵਾਉਣ ਆ ਗਏ। ਸੋ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਸਾਥ ਜਿਹੜਾ ਹੈ ਉਹ ਸੰਗਤਾਂ ਨੇ ਆਪ ਹੀ ਦੇ ਦੇਣਾ, ਆਪਾਂ ਛੱਡਦੀ ਕਿਲ੍ਹਾ 'ਚ ਰਹੀਏ। ਸਤਿਗੁਰੂ ਦਾ ਭਾਣਾ ਮੰਨੀਏ, ਇਹ ਭਾਣਾ ਮੰਨਣ ਨਾਲ ਹੀ ਸਾਰਾ ਕੁਝ ਹੋਣਾ। ਜੇ ਭਾਣੇ ਤੋਂ ਉਲਟ ਜਾ ਕੇ ਗੱਲ ਕਰਾਂਗੇ ਉਹ ਹੋਣੀ ਵੀ ਨਹੀਂ ਗੀ, ਸੋ ਭਾਣੇ 'ਚ ਰਹਿ ਕੇ ਸਾਰਾ ਕੁਝ ਹੋਣਾ। ਸੋ ਇੰਨੀਆਂ ਕੁ ਬੇਨਤੀਆਂ, ਸਰਬੱਤ ਖਾਲਸੇ ਦੀ ਕਾਲ ਜਥੇਦਾਰ ਸਾਹਿਬ ਦੇਣ, ਜੇ ਨਹੀਂ ਦਿੰਦੇ ਤਾਂ ਉਹਨਾਂ ਲਈ ਪ੍ਰੀਖਿਆ ਦੀ ਘੜੀ ਹੈ ਵੀ ਉਹ ਕੌਮ ਲਈ ਕੀ ਕਰ ਲਈ ਸੰਜੀਦਾ ਨੇ ਅਤੇ ਕੀ ਨਹੀਂ ਕਰ ਲਈ ਸੰਜੀਦਾ ਨੇ। ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਵੀ ਪਰਿਵਾਰਵਾਦ ਦੀ ਰਾਜਨੀਤੀ ਕਰਦੇ ਆ, ਇਹ ਉੱਥੋਂ ਵੀ ਮੁਕਤ ਹੋਣ ਦਾ ਸਮਾਂ ਹੈ। ਸੋ ਅੱਜ ਆਪਾਂ ਵੱਧ ਚੜ੍ਹ ਕੇ ਜਿਹੜਾ ਵਾ ਸਰਬੱਤ ਖਾਲਸੇ ਦੀ ਕਾਲ ਦੇ ਵਿੱਚ ਹਿੱਸਾ ਪਾਈਏ। ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਸੰਗਤੀ ਰੂਪ 'ਚ ਪਿੰਡਾਂ 'ਚ ਅਨਾਊਂਸਮੈਂਟਾਂ ਕਰੋ ਵੀ ਵਿਸਾਖੀ ਦੇ ਉੱਤੇ ਦਮਦਮਾ ਸਾਹਿਬ ਸਰਬੱਤ ਖਾਲਸਾ ਸੱਦਿਆ ਜਾਵੇ। ਇੰਨੀਆਂ ਕੁ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।